ਵੱਧ ਤੋਂ ਵੱਧ ਮਾਇਆ ਕੱਟੀ ਹੋਈ ਵੱਧ
ਪਰਮਾਤ ਮੈਨੂੰ ਸੁੱਖ ਮਿਲ ਜਾਵੇ। ਮਾਇਆ ਦੇ ਵਿੱਚ ਸੁੱਖ ਨਹੀਂ, ਸਾਰਿਆਂ ਨੇ ਮਾਇਆ ਨੂੰ ਨਿਸ਼ਾਨਾ ਬਣਾਇਆ ਹੋਇਆ ਵੀ ਜਿੰਨਾ ਧਨ ਦੌਲਤ ਇਕੱਠੀ ਹੋ ਜਾਵੇ, ਚਾਹੇ ਭਰਾਵਾਂ ਦਾ ਕਤਲ ਹੋ ਜਾਵੇ, ਭੈਣਾਂ ਦਾ ਕਤਲ ਹੋ ਜਾਵੇ, ਮਾਰ ਧਾੜ ਜਿੰਨੀ ਦੇ ਨਾਲ ਹੋ ਜਾਵੇ, ਮਾਇਆ ਇਕੱਠੀ ਹੋ ਜਾਵੇ, ਪਰ ਇਹਦਾ ਨਤੀਜਾ ਕੀ ਨਿਕਲਦਾ ਹੈ? ਹਜ਼ੂਰ ਕਹਿੰਦੇ ਨੇ ਕਲਯੁਗ ਰਥ ਅਗੰਕਾ ਕੂੜ ਅੱਗੇ ਰਥਵਾ ਹੋ। ਅਗਰ ਰਥ ਕਹਿੰਦੇ ਨੇ ਸਰੀਰ ਨੂੰ, ਸਰੀਰ ਦੇ ਵਿੱਚ ਅੱਗ ਬਲਦੀ ਹੈ, ਕਾਹਦੀ ਅੱਗ ਬਲਦੀ ਹੈ? ਹੰਸ ਹੇਤ ਲੋਭ ਕੋ ਚਾਰੇ ਨਵੀਆਂ ਅੱਗ ਪਵੈ ਦੱਜੈ ਨਾਨਕਾ ਤਰੀਏ ਕਰਮੀ। ਹੰਸ ਕਹਿੰਦੇ ਨੇ ਨਿਰਦਈ ਹੋ ਜਾਣਾ, ਹੇਤ ਕਹਿੰਦੇ ਨੇ ਮੋਹ ਜ਼ਿਆਦਾ ਵੱਧ ਜਾਣਾ ਸੰਸਾਰ ਦੇ ਪਦਾਰਥਾਂ ਨਾਲ, ਸਰੀਰ ਨਾਲ, ਜੀਭ ਨਾਲ, ਜੀਭ ਦੇ ਸਵਾਦਾਂ ਨਾਲ, ਅੱਖਾਂ ਦੇ ਰੰਗ ਤਮਾਸ਼ਿਆਂ ਨਾਲ, ਕੰਨਾਂ ਦੇ ਰਸ ਦੇ ਨਾਲ। ਲੋਭ ਲਾਲਚ ਹੈ, ਕੋਪ ਗੁੱਸਾ ਹੈ, ਇਹ ਚਾਰ ਨਦੀਆਂ ਅੱਗ ਦੀਆਂ ਸਰੀਰ ਦੇ ਅੰਦਰ ਵੱਗ ਰਹੀਆਂ। ਚਾਰ ਨਦੀਆਂ ਨੇ ਅੱਗ ਦੀਆਂ, ਜਿਹਨਾਂ ਦੇ ਵਿੱਚ ਜਿਹੜਾ ਆਦਮੀ ਇੱਕ ਤੋਂ ਬਚਦਾ ਬੀਜੀ, ਇੱਕ ਕਹਿੰਦਾ ਦੂਜੀ ਤੋਂ ਬਚਦਾ ਤੀਜੀ, ਤੀਜੀ ਤੋਂ ਚੌਥੀ। ਜਿਸਨੇ ਸਾਥ ਕੂੜ ਨੂੰ ਅੱਗੇ ਮੂਹਰੇ ਰੱਖਿਆ, ਧਨ ਦੌਲਤ ਨੂੰ ਹੀ ਮੂਹਰੇ ਅੱਗੇ ਰੱਖਿਆ, ਸੱਚ ਨੂੰ ਛੱਡ ਕੇ ਕੋਈ ਵੀ ਚੀਜ਼ ਹੈ ਜਿਹੜੀ ਜਿਹਨੇ ਅੱਗੇ ਰੱਖਿਆ ਹੈ, ਉਹ ਇਹਨਾਂ ਨਦੀਆਂ ਦੇ ਵਿੱਚ ਕੇ ਸੜ ਜਾਂਦਾ, ਸੁੱਖ ਨਹੀਂ ਉਹਦੀ ਜ਼ਿੰਦਗੀ ਦੇ ਵਿੱਚ ਆ ਸਕਦਾ। ਸੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਇਹ ਸਾਨੂੰ ਦਾਨ ਦਿੱਤਾ ਹੈ ਕਿ ਇਹ ਸਾਗਰ ਸੋਈ ਤਰ੍ਹਾਂ ਜੋ ਹਰ ਗੁਣ ਗਾ, ਇਹ ਸਾਗਰ ਹੈ, ਸੰਸਾਰ ਸਾਗਰ ਹੈ, ਇਹਨੂੰ ਤਰ ਉਹੀ ਸਕਦਾ ਹੈ ਜੋ ਵਾਹਿਗੁਰੂ ਦੇ ਗੁਣ ਗਾਉਂਦਾ। ਵਾਹਿਗੁਰੂ ਦੇ ਗੁਣ ਗਾਉਣ ਲਈ ਸੱਚ ਦੀ ਸ਼ਰਨ ਆਉਣਾ ਪੈਂਦਾ, ਸਾਧ ਸੰਗਤ ਦੀ ਸ਼ਰਨ ਆਉਣਾ ਪੈਂਦਾ ਹੈ। ਇੱਕ ਵਾਰ ਸਾਧ ਸੰਗਤ ਰਿਸ਼ੀ ਵਸ਼ਿਸ਼ਠ ਦੇ ਕੋਲ ਇਹ ਚਰਚਾ ਚੱਲੀ, ਰਿਸ਼ੀ ਵਸ਼ਿਸ਼ਠ ਅਤੇ ਵਿਸ਼ਵਾਮਿੱਤਰ ਦੋਹਾਂ ਦੀ ਆਪਸ ਦੇ ਵਿੱਚ ਚਰਚਾ ਹੋ ਗਈ। ਵਿਸ਼ਵਾਮਿੱਤਰ ਕ੍ਰਿਸ਼ਨ ਜੀ ਦੇ ਗੁਰੂ ਹੋਏ ਨੇ, ਰਾਮ ਚੰਦਰ ਜੀ ਦੇ ਗੁਰੂ ਹੋਏ ਨੇ, ਜਿਹਨਾਂ ਨੇ ਸ਼ਸਤਰ ਵਿੱਦਿਆ ਰਾਮ ਚੰਦਰ ਜੀ ਨੂੰ ਦਿੱਤੀ, ਅਤੇ ਰਿਸ਼ੀ ਵਸ਼ਿਸ਼ਠ ਉਹਨਾਂ ਦੇ ਅਧਿਆਤਮਕ ਗੁਰੂ ਹੋਏ, ਜਿਹਨਾਂ ਨੇ ਉਹਨਾਂ ਨੂੰ ਅਧਿਆਤਮਕ ਵਿੱਦਿਆ ਦਿੱਤੀ, ਬ੍ਰਹਮ ਗਿਆਨ ਵਾਲੇ ਪਾਸੇ ਦਾ। ਦੋਹਾਂ ਦੀ ਆਪਸ ਦੇ ਵਿੱਚ ਚਰਚਾ ਹੋ ਗਈ। ਇਹ ਵੱਡੇ ਵੱਡੇ ਥੰਮ ਸਨ ਦੁਨੀਆਂ ਦੇ, ਥੰਮ ਹਨ ਉਸ ਵੇਲੇ ਦੇ ਸਨਾਤਨ ਧਰਮ ਦੇ। ਦੋਹਾਂ ਦੀ ਚਰਚਾ ਹੋ ਗਈ। ਇੱਕ ਕਹਿਣ ਲੱਗਿਆ ਵਿਸ਼ਵਾਮਿੱਤਰ, ਕਹਿਣ ਲੱਗੇ ਵਿਸ਼ਵਾਮਿੱਤਰ ਜੀ ਕਿ ਜਿੰਨੀ ਬੰਦਾ ਭਗਤੀ ਕਰਦਾ ਹੈ, ਤਪੱਸਿਆ ਕਰਦਾ ਹੈ ਸੰਸਾਰ ਦੇ ਵਿੱਚ ਇਕੱਲਾ ਬੈਠ ਕੇ, ਇਹਦਾ ਫਲ ਜ਼ਿਆਦਾ। ਪੁਰਾਣੇ ਸਮਿਆਂ ਦੇ ਵਿੱਚ ਲੋਕ ਜੰਗਲਾਂ ਦੇ ਵਿੱਚ ਘਰ ਬਾਰ ਤਿਆਗ ਕੇ ਤਪੱਸਿਆ ਕਰਦੇ ਸਨ, ਸਾਰੀ ਸਾਰੀ ਉਮਰ ਲੰਘ ਜਾਂਦੇ ਸੀ। ਰਿਸ਼ੀ ਮਾਰਕੰਡੇ ਦਾ ਜ਼ਿਕਰ ਆਇਆ ਬਾਣੀ ਦੇ ਵਿੱਚ, ਬਈ ਲੱਖਾਂ ਸਾਲ ਉਸਨੇ ਤਪੱਸਿਆ ਕੀਤੀ, ਏਡਾ ਤਪੱਸਵੀ ਸੀ, ਸਿਰ ਦੇ ਉੱਤੇ ਕਾਬੂਸ ਰੱਖ ਕੇ ਉਹਨੇ ਸਾਰੀ ਜ਼ਿੰਦਗੀ ਕੱਟੀ। ਵਕਤ ਗੁਜ਼ਾਰਨ ਕਿੰਨੀ ਸਾਗ ਹੈ, ਕਿੰਨੀਆਂ ਜਿਹੜਾ ਸਾਗ ਖਾ ਕੇ ਅਤੇ ਜਿਹੜਾ ਕੰਨ ਮੂਰ ਖਾ ਕੇ, ਉਹ ਇਹਨਾਂ ਨੇ ਇੰਨੀ ਜ਼ਿੰਦਗੀ ਗੁਜ਼ਾਰੀ, ਹਜ਼ਾਰਾਂ ਲੱਖਾਂ ਲੱਖਾਂ ਸਾਲ ਦੀ ਯਾਦ ਹੈ ਗੁਜ਼ਾਰ। ਉਹ ਵਿਸ਼ਵਾਮਿੱਤਰ ਜੀ ਕਹਿਣ ਲੱਗੇ ਇਹ ਫਲ ਜ਼ਿਆਦਾ ਹੈ, ਅਤੇ ਵਿਸ਼ਿਸ਼ਟ ਜੀ ਕਹਿਣ ਲੱਗੇ ਕਿ ਵਿਸ਼ਵਾਮਿੱਤਰ ਜੀ ਜਿਹੜਾ ਸਾਧ ਸੰਗਤ ਦੇ ਵਿੱਚ ਆ ਜਾਵੇ ਨਾ, ਸਾਧ ਸੰਗਤ ਦਾ ਫਲ ਜ਼ਿਆਦਾ ਹੈ। ਕਿਉਂ? ਕਿਉਂਕਿ ਸਾਧ ਸੰਗਤ ਜਿੰਨੇ ਬੰਦੇ ਬੈਠੇ ਨੇ, ਇਹਨਾਂ ਸਾਰਿਆਂ ਦਾ ਇਕੱਠਿਆਂ ਦਾ ਭਜਨ ਕੀਤਾ ਹੋਇਆ, ਸਾਰਿਆਂ ਨੂੰ ਸਾਰਿਆਂ ਦੇ ਨਾਲ ਹੀ ਫਲ ਮਿਲਣਾ। ਇੱਕ ਬੰਦਾ ਬੈਠਾ, ਜੇ ਸੌ ਬੰਦਾ ਸਾਧ ਸੰਗਤ ਦੇ ਵਿੱਚ ਬੈਠਾ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਤਾਂ ਸੌ ਗੁਣਾ ਫਲ ਉਹਦਾ ਵੱਧ ਜਾਂਦਾ। ਕਿਉਂ ਵੱਧ ਜਾਂਦਾ ਹੈ? ਕਿਉਂਕਿ ਸਾਧ ਸੰਗਤ ਦੇ ਵਿੱਚ ਜਿਹੜਾ ਬੰਦਾ ਆਉਂਦਾ ਹੈ, ਜਿਹੜਾ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਉਹਦੇ ਅੰਦਰ ਹੰਕਾਰ ਨਹੀਂ ਪੈਦਾ ਹੁੰਦਾ। ਕਿਉਂ ਨਹੀਂ ਪੈਦਾ ਹੁੰਦਾ? ਕਿਉਂਕਿ ਜਦੋਂ ਬੰਦਾ ਵਾਹਿਗੁਰੂ ਕਰਦਾ ਹੈ ਨਾ, ਤਾਂ ਉਹਨੂੰ ਆਪਣੇ ਮਨ ਦੇ ਵਿੱਚ ਜੇ ਹੰਕਾਰ ਨਹੀਂ ਆਉਂਦਾ ਵੀ ਮੈਂ ਵਾਹਿਗੁਰੂ ਕਰਨ ਵਾਲਾ ਬੜਾ ਵੱਡਾ, ਮੈਂ ਬੜਾ ਵੱਡਾ ਭਗਤ ਹਾਂ, ਜਾਂ ਉਹ ਅੱਗੇ ਦੂਜੇ ਵੱਲ ਦੇਖਦਾ, ਉਹਨੂੰ ਪਤਾ ਲੱਗ ਜਾਂਦਾ ਵੀ ਮੇਰੇ ਨਾਲ ਵੱਧ ਭਗਤੀ ਕਰਨ ਵਾਲਾ, ਮੇਰੇ ਨਾਲ ਵੱਧ ਦਾਨੀ ਹੈ, ਮੇਰੇ ਨਾਲ ਵੀ ਉੱਚੇ ਬੈਠਾ। ਜਦੋਂ ਉਹ ਦੇਖਦਾ, ਉਹ ਤੀਜੇ ਵੱਲ ਦੇਖਦਾ, ਜਦੋਂ ਸਾਰੇ ਹੀ ਦੇਖਦੇ ਨੇ ਬਈ ਅਸੀਂ ਬੰਦਗੀ ਕਰਨ ਵਾਲਿਆਂ ਦਾ, ਸਾਰਿਆਂ ਦਾ ਧਿਆਨ ਸਤਿਗੁਰੂ ਵੱਲ ਚਲਾ ਜਾਂਦਾ, ਬਈ ਸਾਡੇ ਕੋਲ ਬੰਦਗੀ ਕੋਈ ਨਹੀਂ, ਸਾਡੇ ਕੋਲ ਗੁਣ ਕੋਈ ਨਹੀਂ, ਗਿਆਨ ਕੋਈ ਨਹੀਂ, ਬੰਦਗੀ ਦਾ ਦਾਤਾ ਤਾਂ ਗੁਰੂ ਬੈਠਾ, ਸਭ ਤੋਂ ਉੱਚਾ ਹੋ। ਇਸ ਕਰਕੇ ਹੰਕਾਰ ਸਾਰਿਆਂ ਦੇ ਹਿਰਦੇ ਦੇ ਵਿੱਚੋਂ ਮੁੱਕ ਜਾਂਦਾ, ਹੰਕਾਰ ਰਹਿੰਦਾ ਹੀ ਨਹੀਂ, ਇਸ ਕਰਕੇ ਸਾਧ ਸੰਗਤ ਵੱਡੀ ਹੈ। ਪਰ ਜਿਹੜਾ ਵਿਸ਼ਵਾਮਿੱਤਰ ਸੀ ਉਹ ਮੰਨੇ ਨਾ, ਕਹਿੰਦਾ ਨਹੀਂ ਜੀ ਮੈਂ ਨਹੀਂ ਇਸ ਗੱਲ ਨੂੰ, ਅਤੇ ਵਿਸ਼ਵਾਮਿੱਤਰ ਦੋਵਾਂ ਦੀ ਬੈਠਕ ਸੀ ਇੰਨੀ ਵੱਧ ਗਈ ਵੀ ਦੋਵੇਂ ਉਹਨਾਂ ਨੇ ਕਿਹਾ ਵੀ ਧਰਤੀ ਕਿਸੇ ਕੋਲ ਜਾਈਏ, ਕੋਈ ਨਾ ਉਹਨਾਂ ਨੂੰ ਜਵਾਬ ਦੇ ਸਕਿਆ।
जिन्हें बड़े बड़े साध सारे ऋषि थक गए ते हार के तिन्ने ब्रह्मा दे कोल चले गए। ब्रह्मा देवते दे कोल धरती बनाउण वाला हैगा उहदे कोल पुछिया उह भी सैटिस्फाई ना कर सकिया। फिर चले गए विष्णु जी दे कोल, विष्णु जी भी उहनां नूं जवाब ना दे सकिया। ते फिर चले गए शिवजी दे कोल, त्रिशूल वाले कोल, उह भी जवाब ना दे सकिया। ते कहिंदे वी हुण आपां कित्थे चलीए। शिव जी ने उहनां नूं सुराग देती भी तुसीं हुण कौन शेषनाग दे कोल जाओ। जिहड़ा पुरातन धर्म है ना उहदे विच कहा भी शेषनाग दी सिरी दे उत्ते ते विष्णु दी सेजा भी है ते शेषनाग दी सिरी दे उत्ते धरती चक्की हुई है। ते पुरानी कहानी दसाई पर बाबा नानक जी ने तां गुरु नानक साहिब ने तां कहा भी धरती होर परे होर होर दिसते पार तलै कमजोर। आपां नहीं मानदे इस गल नूं पर इह कहानी ਦੇ ਵਿੱਚੋਂ ਜਿਹੜਾ ਸੱਚ ਹੈ ਸਾਧ ਸੰਗਤ ਦਾ ਉਹ ਦਰਸਾਉਣ ਖਾਤਰ ਤਾਂ ਕਿ ਛੇਤੀ ਸਮਝ ਪੈ ਜਾਵੇ ਤਾਂ ਇਹ ਕਹਾਣੀ ਜਿਹੜੀ ਹੈ ਤੁਹਾਨੂੰ ਆਜ਼ਾਦ ਕਰਾ ਰਿਹਾ। ਸੋ ਸ਼ਿਵਜੀ ਨੇ ਕਹਿਤਾ ਵੀ ਜਾ ਤੂੰ ਸ਼ੇਸ਼ਨਾਗ ਦੇ ਕੋਲ ਜਾ। ਸ਼ੇਸ਼ਨਾਗ ਦਾ ਹਜ਼ਾਰ ਮੂੰਹ ਹੈ, ਹਜ਼ਾਰ ਜੀਵ ਹੈ, ਹਜ਼ਾਰ ਜੀਵ ਨਾਲੋਂ ਨਿਤ ਨਵਾਂ ਨਾਂ ਵਾਹਿਗੁਰੂ ਦਾ ਲਿਖਣਾ ਪਰ ਵਾਹਿਗੁਰੂ ਦੇ ਨਾਵਾਂ ਦਾ ਫਿਰ ਵੀ ਅਰਥ ਕੋਈ ਇੰਨਾ ਸਿਮਰਨ ਕਰਦਾ ਇੰਨੀ ਯਾਦ ਦੇ ਵਿੱਚੋਂ ਤੇ ਕਹਿੰਦਾ ਉਹ ਸ਼ੇਸ਼ਨਾਗ ਦੇ ਕੋਲ ਚਲੇ ਗਏ। ਸ਼ੇਸ਼ਨਾਗ ਦੇ ਕੋਲ ਦੋਏ ਜਣੇ ਰਿਸ਼ੀ ਵਸ਼ਿਸ਼ਟ ਤੇ ਵਿਸ਼ਵਾਮਿੱਤਰ ਦੋਏ ਜਣੇ ਚਲੇ ਗਏ। ਤੇ ਜਦੋਂ ਗਏ ਦੋਏ ਨੇ ਜਾ ਕੇ ਪੁੱਛਿਆ ਵੀ ਸਾਨੂੰ ਸ਼ਿਵ ਜੀ ਨੇ ਭੇਜਿਆ ਵੀ ਤੂੰ ਸਾਡਾ ਫੈਸਲਾ ਕਰ। ਕਹਿੰਦਾ ਕਾਹਦਾ ਸ਼ੇਸ਼ਨਾਗ? ਕਹਿੰਦਾ ਫੈਸਲਾ ਕਹਿੰਦਾ ਇਹ ਹੈ ਵੀ ਜਿਹੜਾ ਇਕੱਲਾ ਬੰਦਾ ਬੈਠ ਕੇ ਤਪੱਸਿਆ ਕਰਦਾ ਭਗਤੀ ਕਰਦਾ ਉਹਨੂੰ ਫਲ ਜ਼ਿਆਦਾ ਮਿਲਦਾ, ਸਾਧ ਸੰਗਤ ਵਿੱਚ ਬੈਠਣ ਵਾਲੇ ਜ਼ਿਆਦਾ। ਤੇ ਸ਼ੇਸ਼ਨਾਗ ਕਹਿਣ ਲੱਗਾ ਵੀ ਮੇਰੇ ਸਿਰ 'ਤੇ ਧਰਤੀ ਦਾ ਭਾਰ ਹੈ, ਜੇ ਕਿਸੇ ਦੇ ਸਿਰ 'ਤੇ ਭਾਰ ਚੱਕਿਆ ਹੋਵੇ ਉਹ ਤਾਂ ਉਹੀ ਬੰਦਲਾ ਫਿਰਦਾ ਹੁੰਦਾ, ਪਹਿਲਾਂ ਮੇਰਾ ਭਾਰ ਘਟਾਓ, ਭਾਰ ਲਗਾਓ ਮੇਰਾ ਅਤੇ ਫਿਰ ਮੈਂ ਤੁਹਾਡੇ ਜਵਾਬ ਦੇ ਸਕਦਾ। ਅਤੇ ਕਹਿੰਦੇ ਜੀ ਇਹ ਕਿਵੇਂ ਲਗਾਈਏ? ਕਹਿੰਦੇ ਇਉਂ ਕਰ। ਸ਼ੇਸ਼ਨਾਗ ਕਹਿਣ ਲੱਗਿਆ ਇਉਂ ਕਰ ਵਸ਼ਿਸ਼ਟ ਜੀ ਨੂੰ, ਵਿਸ਼ਵਾਮਿੱਤਰ ਨੂੰ ਕਹਿਣ ਲੱਗਿਆ ਵੀ ਤੂੰ ਇਉਂ ਕਰ ਵੀ ਆਪਣੇ ਭਗਤੀ ਹੈ ਜਿਹੜੀ ਕੀਤੀ ਤਪੱਸਿਆ ਕੀਤੀ ਉਹਦਾ ਫਲ ਛੱਡ ਦੇ। ਕਹਿੰਦਾ ਮੈਂ ਹਜ਼ਾਰ ਸਾਲ ਦਾ ਫਲ ਛੱਡਿਆ। ਕਹਿੰਦਾ ਧਰਤੀ ਖੜ੍ਹ ਜਾਵੇ, ਧਰਤੀ ਖੜ੍ਹੀ ਨਾ। ਕਹਿੰਦਾ ਵੀ ਧਰਤੀ ਤੇਰੇ ਹਜ਼ਾਰ ਸਾਲ ਦੀ ਤਪੱਸਿਆ ਦੇ ਵਿੱਚ ਖੜ੍ਹਦੀ। ਕਹਿੰਦਾ 2000 ਸਾਲ। ਕਹਿੰਦਾ ਜਿੰਨੀ ਮੈਂ ਤਪੱਸਿਆ ਕੀਤੀ ਹੈ ਸਾਰੀ ਛੱਡੀ ਵੀ ਧਰਤੀ ਦੇਖ ਖੜ੍ਹਦੀ ਹੈ ਕਿ ਨਹੀਂ। ਸਾਰੀ ਤਪੱਸਿਆ ਵਿਸ਼ਵਾਮਿੱਤਰ ਦੀ ਕੀਤੀ ਹੋਈ ਅਤੇ ਉਹਦਾ ਫਲ ਜਿਹੜਾ ਉਹਨੇ ਛੱਡ ਦਿੱਤਾ ਉਹਦੇ 'ਤੇ ਵੀ ਧਰਤੀ ਖੜ੍ਹੀ ਨਾ। ਵਾਹਿਗੁਰੂ ਦੀ ਉਸਤਤ ਕੀਤੀ ਵਡਿਆਈ ਜਿੱਥੇ ਮੈਂ ਉਹ ਫਲ ਛੱਡ ਚਾਰ ਘੜੀਆਂ ਸਾਧ ਸੰਗਤ ਕੀਤੀ ਹੋਈ ਦੇ ਸਹਾਰੇ ਸਾਰੀ ਧਰਤੀ ਚੱਕੀ ਸਾਰੀ ਧਰਤੀ ਦਾ ਭਾਰ ਚਾਰ ਘੜੀਆਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਾਣੀ ਵਿੱਚ ਕਿਹਾ ਕਿ ਸਾਧ ਸੰਗਤ ਕਹਿੰਦੇ ਵਾਹਿਗੁਰੂ ਦੋ ਧਰਤੀ ਪਾਲ ਪਾਲਣਾ, ਧਰਤੀ ਨੂੰ ਪਾਲਣਾ ਵਾਹਿਗੁਰੂ ਹੀ ਸਾਧ ਸੰਗਤ ਦੇ ਵਿੱਚ ਵੱਸਦਾ ਹੈ। ਚਾਰ ਘੜੀਆਂ ਦੀ ਚਾਹੇ ਇੱਕ ਘੜੀ ਹੋਵੇ, ਇੱਕ ਘੜੀ ਦਾ ਫਲ ਵੀ ਹੈ ਉਹਦੇ ਸਾਰੇ ਸਾਰੀ ਧਰਤੀ। ਕੀ ਭਾਵ ਹੈ ਸਾਧ ਸੰਗਤ ਦੇ? ਸਾਧ ਸੰਗਤ ਦਾ ਏਡਾ ਵੱਡਾ ਫਲ, ਇੰਨਾ ਵੱਡਾ ਦਾਨ ਪ੍ਰਾਪਤ ਹੁੰਦਾ ਜੇ ਕੋਈ ਸਾਧ ਸੰਗਤ ਦੇ ਵਿੱਚ ਆ ਜਾਵੇ, ਆ ਕੇ ਨਮਸਕਾਰ ਕਰੇ ਸਤਿਗੁਰੂ ਨੂੰ, ਉਹਨੂੰ ਇੰਨੇ ਦਾਨ ਔਰ ਇੰਨਾ ਗੁਣ ਮਿਲਦਾ ਹੈ, ਇੰਨੇ ਗੁਣ ਪ੍ਰਾਪਤ ਹੁੰਦੇ ਹਨ ਜਿਹਨਾਂ ਕਰਕੇ ਉਹਦੀ ਸਾਰੀ ਜ਼ਿੰਦਗੀ ਸਰੀਰ ਰੂਪੀ ਧਰਤੀ, ਸਰੀਰ ਵੀ ਧਰਤੀ ਹੈ, ਸਰੀਰ ਰੂਪੀ ਧਰਤੀ ਹੈ ਜਿਹੜੀ ਇਹ ਸਾਰੀ ਟਿਕਾ ਦੇ ਵਿੱਚ ਆ ਜਾਂਦੀ। ਜਿਵੇਂ ਚਾਰ ਘੜੀਆਂ ਦੇ ਸਿਮਰਨ ਨੇ ਨੱਕ ਖਾਲੀ, ਇੱਕ ਘੜੀ ਦੇ ਸਿਮਰਨ ਨੇ ਨੱਕ ਖਾਲੀ ਕਰ ਦਿੱਤੇ ਸੀ, ਇੱਥੇ ਦਾ ਕੀਤਾ ਹੋਇਆ ਸਿਮਰਨ ਹੈ ਜਿਹੜਾ ਉਹ ਸਰੀਰ ਦੇ ਅੰਦਰ ਜਿੰਨੇ ਪਾਪ ਨੇ ਉਹਨਾਂ ਸਾਰਿਆਂ ਦਾ ਪਨਾਹ ਕਰ ਦਿੰਦਾ, ਸਾਰਿਆਂ ਨੂੰ ਨਾਸ ਕਰ ਦਿੰਦਾ। ਇਹ ਸਤਸੰਗਤ ਦਾ ਏਡਾ ਵੱਡਾ ਫਲ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਤੋਂ ਜਦੋਂ ਆਪ ਜੀ ਆਗਰੇ ਗਏ ਤੇ ਆਗਰੇ ਪੰਡਿਤ ਸਨ, ਆਗਰੇ ਤੋਂ ਕਾਸ਼ੀ ਗਏ ਅਤੇ ਕਾਸ਼ੀ ਦੇ ਪੰਡਿਤ ਨੇ ਜਿਹੜੇ ਇੰਨੇ ਮਹਾਨ ਨੇ ਵੀ ਬੇਟਾਂ ਦੇ ਗਿਆਸਾ, ਉੱਥੇ ਦੀਆਂ ਜਿਹੜੀਆਂ ਲੜਕੀਆਂ ਨੇ ਨਾ ਪੰਡਿਤਾਂ ਦੀਆਂ, ਲੜਕੀਆਂ ਵੀ ਬੇਟਾਂ ਦੀਆਂ ਗਿਆਸਾ
ਕਿੰਨੇ ਵੱਡੇ ਉਹ ਵੇਦਾਂ ਦਾ ਪਾਠ ਕਰਨ ਵਾਲੇ ਵੇਦਾਂ ਦੇ ਗਿਆਨੀ ਸੋ ਉਸ ਥਾਂ ਦੇ ਉੱਤੇ ਜਾ ਕੇ ਭਾਈ ਗੁਰਦਾਸ ਨੇ ਰਾਜੇ ਦੇ ਦਰਬਾਰ ਦੇ ਵਿੱਚ ਕਥਾ ਕੀਤੀ ਤੇ ਜਦੋਂ ਕਥਾ ਗੁਰੂ ਭਗਤੀ ਦੀ ਸੁਣਾਈ ਸਾਧ ਸੰਗਤ ਦੀ ਵਡਿਆਈ ਦੱਸੀ ਗੁਰੂ ਦੀ ਵਡਿਆਈ ਦੱਸੀ ਤੇ ਰਾਜਾ ਨਾਰਾਜ਼ ਹੋ ਗਿਆ ਤੇ ਉੱਥੇ ਇਹ ਦੱਸਦੇ ਨੇ ਵੀ 700 ਸਿੱਖ ਸਨ ਜਿਹੜੇ ਸਣੇ ਰਾਜੇ ਦੇ ਉਹ ਭਾਈ ਸਾਹਿਬ ਜੀ ਦੀ ਸ਼ਰਨ ਆ ਕਹਿੰਦੇ ਮੇਰੀ ਸ਼ਰਨ ਨਹੀਂ ਮੈਂ ਤਾਂ ਆਪ ਗੁਰੂ ਅਰਜਨ ਮਹਾਰਾਜ ਦੀ ਸ਼ਰਨ ਆ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਆਪਾਂ ਸ਼ਰਨ ਕਰਦੇ ਸੋ ਉੱਥੇ ਪੰਡਤਾਂ ਨੇ ਜਿਹੜੇ ਸਵਾਲ ਪੁੱਛੇ ਬੜੇ ਸਵਾਲ ਪੁੱਛੇ ਵਾਹਿਗੁਰੂ ਮੰਤਰ ਦਾ ਸਵਾਲ ਪੁੱਛਿਆ ਸਾਧ ਸੰਗਤ ਬਾਰੇ ਸਵਾਲ ਪੁੱਛਿਆ ਗੁਰੂ ਬਾਰੇ ਸਵਾਲ ਪੁੱਛਿਆ ਤੇ ਜਦੋਂ ਵਡਿਆਈ ਦੇਖੀ ਪੰਡਤ ਹੈਰਾਨ ਰਹਿ ਗਏ ਬਈ ਇੰਨਾ ਪਿਆਰ ਗੁਰੂ ਕੇ ਸਿੱਖ ਗੁਰੂ ਨਾਲ ਕਰਦੇ ਹਨ ਤੇ ਇਹ ਏਡਾ ਗੁਰੂ ਹੈ ਜਿਹੜਾ ਉਹ ਰਹਿਦਾ ਕਿੱਥੇ ਤੇ ਕਿਹੜਾ ਪਿਆਰ ਗੁਰੂ ਨਾਲ ਕਰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਸੁਣੀ ਤਾਂ ਇਹ ਉਹਨਾਂ ਨੂੰ ਪਤਾ ਲੱਗਿਆ ਗੁਰੂ ਨਾਨਕ ਸਾਹਿਬ ਇੱਕ ਨੀਚ ਜਾਤ ਦੇ ਜਿਹੜਾ ਭਾਈ ਮਰਦਾਨਾ ਸੀ ਉਹਦੇ ਕੋਲੋਂ ਕੀਰਤਨ ਸੁਣ ਰਹੇ ਤਾਂ ਕਲਿਆਣੀ ਹੋ ਗਈ ਇਸ ਕਰਕੇ ਤੇ ਨੀਚ ਜਾਤ ਕੋਲ ਨੀਚ ਜਾਤ ਵਾਲੇ ਨੂੰ ਕਿਵੇਂ ਕੀਰਤਨ ਸੁਣਦਾ ਰਿਹਾ ਤੁਹਾਡਾ ਗੁਰੂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਸਾਡੇ ਘਰ ਦੇ ਕੀਰਤਨ ਪ੍ਰਧਾਨ ਸਾਡਾ ਗੁਰੂ ਏਡਾ ਪਿਆਰਾ ਦਾ ਦਾਤਾ ਹੈ ਨਾ ਵੀ ਉਹ ਪਿਆਰ ਖਾਤਰ ਇਹਦੇ ਹਿਰਦੇ ਅੰਦਰ ਪਿਆਰ ਵਸਿਆ ਹੋਇਆ ਉਹ ਯਾਦ ਪਾ ਕੇ ਕਿਸੇ ਦੀ ਪਰਵਾਹ ਨਹੀਂ ਕਰਦਾ ਕਿਵੇਂ ਕਿਵੇਂ ਹੋ ਸਕਦਾ ਕਹਿੰਦੇ ਦੇਖੋ ਫਿਰ ਉਹਨਾਂ ਨੇ ਉਦਾਹਰਣ ਦਿੱਤੀ ਕਿ ਲੈਲਾ ਅਤੇ ਮੰਜੂ ਆ ਜਿਹੜੇ ਉਹ ਦੁਨੀਆਂ ਦੇ ਵਿੱਚ ਪਿਆਰ ਕਰਨ ਵਾਲੇ ਦੋ ਪ੍ਰੇਮੀ ਸੱਚਾ ਸੱਚਾ ਪਿਆਰ ਸੀ ਕਹਿੰਦੇ ਇੱਕ ਵਾਰ ਮਜਨੂ ਨੇ ਲੈਲੀ ਦੇ ਘਰ ਦਾ ਕੁੱਤਾ ਸੀ ਨਾ ਉਹ ਦੇਖ ਜਵਾਬ ਦੇਖੋ ਭਾਈ ਗੁਰਦਾਸ ਸਾਹਿਬ ਜੀ ਦਾ ਕਹਿੰਦਾ ਲੈਲੀ ਦੀ ਦਰਗਾਹ ਦੱਸ ਕੇ ਘਰ ਦਾ ਕੁੱਤਾ ਦੇਖ ਲਿਆ ਤੇ ਮਜਨੂ ਕੁੱਤੇ ਦੇ ਪੈਰੀ ਪਈ ਜਾਵੇ ਕੁੱਤੇ ਜੱਪੀਆਂ ਪਾ ਲਓ ਕੁੱਤੇ ਪਿਆਰ ਕਰੋ ਤੇ ਪੈਰਾਂ ਨੂੰ ਆਪਣੇ ਮੱਥੇ ਨਾਲ ਲਾ ਲਓ ਉਹਦੀ ਧੂਲ ਚੱਕ ਕੇ ਮੱਥੇ ਨਾਲ ਲੋਕ ਹੜ ਹੜ ਹੱਸਦਾ ਹੈ ਲੋਕ ਵਿਡਾਣ ਦੁਨੀਆਂ ਦੇ ਲੋਕ ਨੂੰ ਦੇਖ ਕੇ ਹੱਸਦੇ ਨੇ ਮਜਨੂ ਕਮਲਾ ਕੁੱਤੇ ਦੇ ਪੈਰੀ ਪੈਂਦਾ ਤੇ ਉਹਨੂੰ ਫੜ ਕੇ ਪੁੱਛਣ ਲੱਗੇ ਲੋਕ ਕੁੱਤੇ ਦੇ ਪੈਰੀ ਕਿਉਂ ਪੈਂਦਾ ਕਹਿੰਦਾ ਇਹ ਮੇਰੀ ਲੈਲੀ ਦੀ ਕੁਰਬਾਨੀ ਇਹ ਲੈਲਾ ਦੇ ਕਰਮਾਇਆ ਇਹ ਮੈਨੂੰ ਕੁੱਤਾ ਨਹੀਂ ਦਿਖਦਾ ਮੈਨੂੰ ਲੈਲਾ ਦਾ ਪਿਆਰ ਦਿਖਦਾ ਤੇ ਪੰਡਤਾਂ ਨੂੰ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਕਿ ਅਸੀਂ ਨੀਵੀਂ ਯਾਦ ਨਹੀਂ ਦੇਖਦੇ ਅਸੀਂ ਯਾਦ ਨਹੀਂ ਦੇਖਦੇ ਸਰੀਰ ਨਹੀਂ ਦੇਖਦੇ ਜਿਹੜੇ ਸਰੀਰ ਦੇ ਵਿੱਚੋਂ ਜਿਹੜੇ ਮੁੱਖ ਦੇ ਵਿੱਚੋਂ ਗੁਰੂ ਨਾਨਕ ਦਾ ਕੀਰਤਨ ਨਿਕਲਦਾ ਅਸੀਂ ਉਸ ਕੀਰਤਨ ਨੂੰ ਦੇਖਦੇ ਹਾਂ ਅਸੀਂ ਜਾਤ ਪਾਤ ਦੇ ਵਿੱਚ ਉਹਦੇ ਹਿਰਦੇ ਅੰਦਰ ਗੁਰੂ ਨਾਨਕ ਸਾਹਿਬ ਦਾ ਕੀਰਤਨ ਉਹ ਮਸਤ ਕਰ ਦਿੰਦਾ ਸਾਨੂੰ ਅਸੀਂ ਉਸ ਕੀਰਤਨ ਦੇ ਉੱਤੇ ਮਸਤ ਹੋਏ ਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਵਡਿਆਈ ਦੇਖੋ ਸਾਥ ਦੁਨੀਆਂ ਦੇ ਗ੍ਰੰਥਾਂ ਦੇ ਵਿੱਚ ਆਪ ਜੀ ਨੇ ਇਹੋ ਜਿਹੇ ਵਚਨ ਘੜ ਕੇ ਲਿਖੇ ਹਨ ਕਿ ਲੱਭਣੇ ਮੁਸ਼ਕਲ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆਪਣੀ ਬਾਣੀ ਦੇ ਵਿੱਚ ਕਿ ਭਾਉ ਦਾ ਬ੍ਰਹਮ ਮੈਂ ਲਿਖਿਆ ਚਾਰ ਵੇਦ ਸਿਮਰਤ ਪੜ ਵੇਖੇ ਨੌ ਤਰ੍ਹਾਂ ਦੀ ਭਗਤੀ ਹੈ ਤੇ ਉਹਨਾਂ ਵਿੱਚੋਂ ਪ੍ਰੇਮਾ ਭਗਤੀ ਸ਼੍ਰੋਮਣੀ ਹੈ ਸੰਸਾਰ ਦੇ ਵਿੱਚ ਤੇ ਭਾਈ ਗੁਰਦਾਸ ਸਾਹਿਬ ਜੀ ਦਾ ਅਧਿਐਨ ਦੇਖੋ ਚਾਰ ਵੇਦ ਸਿਮਰਤੀਆਂ ਚਾਰ ਵੇਦ 27 ਸਿਮਰਤੀਆਂ 6 ਸ਼ਾਸਤਰ ਕਹਿੰਦੇ ਸਾਰੇ ਪੜ੍ਹ ਪੇਖੇ ਇੱਕ ਦੇਖਣਾ ਹੁੰਦਾ ਪੜ੍ਹਨ ਹੱਥਾਂ ਨਾਲ ਇੱਕ ਪੇਖਣਾ ਹੁੰਦਾ ਸੁੱਖ ਦੇ ਨਾਲ ਸਾਰਾ ਅੰਦਰ ਦਾ ਅੰਤਰੀਵ ਗਿਆਨ ਹੈ ਜਿਹੜਾ ਉਹ ਜਾਣ ਹੈ ਕਹਿੰਦੇ ਮੈਂ ਇਹ ਅੰਦਰ ਦਾ ਸਾਰਾ ਗਿਆਨ ਜਾਣ ਲਿਆ ਸ਼ਾਸਤਰਾਂ ਦਾ ਚਾਰ ਵੇਦ ਸਿਮਰਤ ਪੜ੍ਹ ਪੇਖੇ ਕੀ ਲੱਭਿਆ ਵਿੱਚੋਂ ਭਾਉ ਦਾ ਬ੍ਰਹਮ ਨੇ ਲਿਖਿਆ ਬ੍ਰਹਮੇ ਨੇ ਪਿਆਰ ਨਾਂ ਦੀ ਚੀਜ਼ ਇਹਨਾਂ ਸ਼ਾਸਤਰਾਂ ਦੇ ਵਿੱਚ ਸਿਮਰਤੀਆਂ ਦੇ ਵਿੱਚ ਵੇਦਾਂ ਦੇ ਵਿੱਚ ਪੁਰਾਣਾਂ ਦੇ ਵਿੱਚ ਲਿਖੀ ਹੋਈ ਕਥਾ ਕਹਾਣੀਆਂ ਨੇ ਤੇ ਪਿਆਰ ਇਹਨਾਂ ਦੇ ਵਿੱਚੋਂ ਮੁੱਕ ਗਿਆ ਪਿਆਰ ਨਹੀਂ ਦੇਖਿਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰ ਦੇ ਵਿੱਚ ਪਿਆਰ ਪ੍ਰੇਮਾ ਭਗਤੀ ਪ੍ਰਧਾਨ ਹੈ ਪ੍ਰੇਮਾ ਭਗਤੀ ਪ੍ਰਧਾਨ ਹੈ ਤੁਸੀਂ ਦੇਖੋ ਮੈਂ ਕਈ ਵਾਰ ਹੈਰਾਨ ਹੁੰਦਾ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਕਿੱਡਾ ਵੱਡਾ ਦਾਨ ਦਿੱਤਾ ਹੈ ਭਾਈ ਗੁਰਦਾਸ ਨੇ ਕਿਹੋ ਜਿਹਾ ਨੁਕਤਾ ਦਿੱਤਾ ਹੈ ਹਿੰਦੁਸਤਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜਿੰਨੇ ਬ੍ਰਾਹਮਣ ਨੇ ਬ੍ਰਾਹਮਣ ਗੁਰੂ ਕੀ ਗੁਰੂਕਿਆਂ ਦੀ ਸ਼ਰਨ ਆਉਂਦੇ ਰਹੇ ਸਤਿਗੁਰਾਂ ਦਾ ਹਿਰਦਾ ਪਿਘਲਦਾ ਰਿਹਾ ਸਾਰਾ ਕੁਛ ਇਹਨਾਂ ਖਾਤਰ ਮਹਾਰਾਜ ਦਾਨ ਕਰਦੇ
सारा कुछ ब्राह्मण का दान करता है। गुरु गोबिंद सिंह महाराज ने पिता दान कर दिता, पुत्र दान कर दिते, हिंदुस्तान के ब्राह्मण ने मत्था टेकया आ गया भी साढ़े से जुर्म होंगे पाप होंगे, एडा प्यार वाला दिल भरया हो सारा कुछ दान कर दिता, पर ब्राह्मण का जंजू नहीं लगता, तिलक नहीं लगता, किड्डा बड़ा दान दिता है। पर मैं यो हैरान है भी एडा किरत करना, ये कौम तो सारी उम्र आप कह नहीं सकते, पर बहुते लोग एडे किरत कर हुए दरबार साहब के उत्ते हमला कर लगे, इन्हों फादर महाराज याद ना प्यार कितने गया, दरबार साहब तो दूर से जिहड़ा चांदनी चौंक दिल्ली जिहड़े पिपल के हेठा बैठ के रोटे के हेठा बैठ के गुरु जी का सीस कटिया गया, सीस का दान दिता नौवें पातशाह जी ने, उस गुरद्वारे के उत्ते भी हमले, उस गुरद्वारे के ग्रंथी गए पुत जो डाक्टर से वो भी टुकड़े टुकड़े करके छिटे गए, प्यार किए गए। अजे तक तुम हम यूट्यूब पर देखते हो जेडे नौजवान जेलों के बैठे जी जिन्होंने जेल कट लिया ने सारा जेलों का काम मुक गया है, वह भी जेलों के जेल सड़ रहे, चाहे सरकार सिखा की हो चाहे सरकार हिंदुआ की हो, सरकार का शरा शर धक्का है नौजवान ने जिन्होंने जेल सारे कट लिया जेलों के सड़ क्यों रहे हैं, उन्होंने न्याय क्यों नहीं मिल रहा, उन्होंने मावा दीकों नहीं सुन दिया, उन्होंने भैन के वीर ने जोड़े भैन दीक भी सुनते, बच्चे जिन्होंने जिन्होंने बच्चे देखे नहीं निके निके बच्चे बिलकते कुछ गल करते उन्होंने बच्चों का प्यार नहीं उन्होंने दिखता सुनता, इस करके भाई गुरदास साहब जी ने बड़ी बरीक गल कही है कि भाव ने ब्रह्मे लिखा, हे ब्रह्मा तू कितने चले गया, ये वेदा के जो प्यार की गल लिख जाता तो यह लोगों के हिरदे के अंदर प्यार बसता, जिड़े गुरु ने एडा दान दिता उस गुरु खातर इन्होंने लिए प्यार नहीं सी, साढ़े साढ़े भरावान खातर सिखा खातर साढ़े लिए प्यार इन्होंने हिरदे अंदर कितों पैदा हो, चलो होर तो होर आप पासे कर दीए, जिहड़ी द्रौपदी सी द्रौपदी आपस दे विच चाचे ताए दे भरा सन, द्रौपदी नूं बेपत इन्होंने कीता फिर प्यार कितों, जदों जुर्म करन लग जांदा बंदा जुर्म मिले उस वेले सारा कुछ भुल जाता छड़ जाता, इस करके जिहड़ा गुरु नानक का घर है सतसंग उत्थे सतगुरु जी ने प्यार की गल की, गुरु गोबिंद सिंह महाराज तो इन्ने दया के घर में आए, इन्ने दया के घर में आए, गुरु ने इतों तक कह दिता साच कहो सुन ले वो सब है जिन प्रेम पियो तिन ही ब्रह्म पायो, मैं सच्ची गल भाई तुहानूं दसदा जिन्हें प्यार कर लिया ना वाहगुरु मनुखता को प्यार कर लिया वाहगुरु के हिरदे अंदर जलिया, देखो कि साझी गल है, सेंट पाल है जिहड़ा जी ने तकरीबन 75% बाइबल लिखी है, वो वचन हैं कि लव गॉड डू व्हाटएवर यू वांट, वाहगुरु प्यार करो, प्यार करद हो मर्जी करो सब कुछ मिल जाए, रब न प्यार करने वाला कद पाप करे नहीं सकता, जोड़ा वाहगुरु प्यार करता कद पाप नहीं कर सकता, कद गलत पासे नहीं करता, जोड़ा जपजी साहब का पाठ करता है जो एक ओंकार कहना एक सारे अंदर देखता है वह धोखा कभी करेगा, जो धोखा करता भाई तो वह पाठ नहीं करता, सो भाई साहब भाई गुरदास जी ने उस वे पंडित ने सवाल किया कि भाई जी तुम ये कृपा करके दसो भी एडा प्यार देने वाला गुरु, एडी मिठी बाणी रचण वाला गुरु, एडिया कुरबानियां करने वाला गुरु, इन्ने लोगों नूं लखां लोगों नूं जीवन दान देण वाला सतगुरु वह वासा कित्थे है रहिंदा कित्थे, सो पंडतां दा बड़ा डूंघा सवाल सी, ते जे पंडित पंडतां ने सोचा भी जे इन्हें कहता भी अमृतसर दे विच रहिंदा तो पंडित सन जिहड़े वह चारा युगां नूं गुरु सन, वेदां दा उहनां कोल ज्ञान दा उहनां कोल अंत नहीं सी, बाणी उहनां ने बड़ी रची सी, बड़े लोगों नूं उहनां सीधे रस्ते पाया सी, बड़े लोगों ने बचाया पापा तो, सो जो कहें भी साढ़ा गुरु अमृतसर रहता है तो उन्होंने पूछ लेना भी असं ब्राह्मण इन्ने चर के गुरु हाँ सारे जगत नाम देने वाले साढ़े तेरे गुरु के फर्क है, भाई गुरदास साहब ने गल जानते
ਵੀ ਇਹ ਟੇਢੀ ਗੱਲ ਦੱਸ ਰਹੇ ਨੇ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਸਿੱਧਾ ਜਵਾਬ ਦੇਣ ਦੀ ਬਜਾਏ ਤਿੰਨ ਉਦਾਹਰਨਾਂ ਉਹਨਾਂ ਨੂੰ ਦਿੱਤੀਆਂ ਕਿ ਜਿਹੜਾ ਦਸਮ ਦੁਆਰ ਹੈ, ਦਸਮ ਦੁਆਰ ਦੇ ਸਮਾਨ ਕੌਣ ਭਾਉਣ ਕਹੋ, ਗੁਰਮੁਖ ਪਾਵੈ ਸੋ ਤੋਂ ਅੰਤ ਨਾ ਪਾਵੈ। ਕਿ ਗੁਰੂ ਦੀ ਗੱਲ ਤਾਂ ਮੈਂ ਤੁਹਾਨੂੰ ਫਿਰ ਦੱਸੂੰਗਾ, ਪਹਿਲਾਂ ਮੈਨੂੰ ਇਹ ਤੁਹਾਨੂੰ ਮੈਂ ਦੱਸਦਾ ਵੀ ਜਿਹੜਾ ਦਸਮ ਦੁਆਰ ਹੈ, ਦਸਮ ਦੁਆਰ ਦੇ ਬਰਾਬਰ ਕਿਹੜਾ ਮਹਿਲ ਹੈ ਧਰਤੀ ਦੇ ਉੱਤੇ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ। ਦਸਮ ਦੁਆਰ ਦੇ ਬਰਾਬਰ ਦੱਸੋ ਕਿਹੜਾ ਮਹਿਲ ਹੈ। ਆਪਾਂ ਪੜ੍ਹਦੇ ਹਾਂ ਬਾਣੀ ਦੇ ਵਿੱਚ ਤੇ ਨੌ ਵਾਰ ਪ੍ਰਗਟ ਕੀਏ ਦਸਵਾਂ ਪੁੱਤ ਰਖਾਇਆ, ਗੁਰਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਰਖਾਇਆ। ਤੇ ਨੌ ਦੁਆਰੇ ਪ੍ਰਗਟ, ਨੌ ਸਰੀਰ ਦੇ ਦੁਆਰੇ ਨੇ ਜਿਹੜਾ ਨਾ ਸਾਡਾ ਖਾਧਾ ਪੀਤਾ ਬਾਹਰ ਜਾਂਦਾ, ਦੋ ਮਲ ਦੁਆਰ ਹੋ ਗਏ, ਦੋ ਅੱਖਾਂ ਹੋ ਗਈਆਂ, ਨਾਸਕਾਂ ਹੋ ਗਈਆਂ, ਮੂੰਹ ਹੋ ਗਿਆ, ਕੰਨ ਹੋ ਗਿਆ, ਇਹ ਨੌ ਨੇ। ਸੋ ਦਸਵਾਂ ਗੁਪਤ ਰਖਾਇਆ, ਦਸਵਾਂ ਗੁਪਤ ਹੈ। ਗੁਰਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਰਖਾਇਆ। ਗੁਰੂ ਦਾ ਦੁਆਰਾ, ਗੁਰੂ ਦਾ ਦੁਆਰਾ ਕੀ ਆ? ਦੁਆਰਾ ਗੁਰੂ ਦਾ, ਇਹ ਘਰ ਨਹੀਂ ਗੁਰੂ ਦਾ। ਕਈ ਵਾਰ ਆਪਾਂ ਸਟੇਜ ਤੋਂ ਸੁਣਦੇ ਹਾਂ ਵੀ ਗੁਰੂ ਘਰ ਆਉਂਦੇ ਹਾਂ, ਅਸੀਂ ਗੁਰੂ ਘਰ ਨਹੀਂ ਆਉਂਦੇ, ਅਸੀਂ ਗੁਰੂ ਦੁਆਰ ਦੇ ਉੱਤੇ ਆਉਂਦੇ। ਆਪਾਂ ਦੁਆਰੇ ਦੇ ਉੱਤੇ ਹੀ ਬੈਠੇ, ਇਹ ਦੁਆਰੇ ਦੇ ਉੱਤੇ ਇੰਨਾ ਖਾਣ ਪੀਣ, ਦੁਆਰੇ ਦੀ ਇੰਨੀ ਚਮਕ, ਗੁਰੂ ਦੁਆਰੇ ਦੇ ਉੱਤੇ ਇੰਨੇ ਸੁੱਖ। ਜਦੋਂ ਕੁੰਡਾ ਖੜਕਾਵਾਂਗੇ ਨਾ, ਜੇ ਗੁਰੂ ਨੇ ਦੁਆਰਾ ਖੋਲਤਾ, ਆਪਾਂ ਅੰਦਰ ਚਲੇ ਗਏ, ਗੁਰੂ ਦੇ ਦਰਸ਼ਨ ਗੁਰੂ ਨੇ ਆਪਣੇ ਕੋਲ ਬਿਠਾ ਲਿਆ, ਉਸ ਸੁੱਖ ਦਾ ਆਨੰਦ ਕੋਈ ਨਹੀਂ, ਉਸ ਸੁੱਖ ਦਾ ਆਨੰਦ ਕੋਈ ਨਹੀਂ। ਪਰ ਆਪਾਂ ਦੁਆਰੇ ਤੋਂ ਮੁੜਨ ਵਾਲੇ ਹਾਂ, ਸਾਰੀ ਉਮਰ ਦੁਆਰੇ ਤੇ ਮੁੜ ਕੇ ਆਪਾਂ ਪਿੱਛੇ ਮੁੜ ਜਾਂਦੇ ਹਾਂ। ਜਿਹੜਾ ਦੁਆਰ ਹੈ ਉਹ ਖੜਕਾਉਂਦੇ ਨਹੀਂ, ਕਦੇ ਖੜਕਾਉਣ ਦਾ ਸਾਨੂੰ ਮੌਕਾ ਹੀ ਨਹੀਂ ਮਿਲਦਾ। ਇੱਥੋਂ ਹੀ ਆਪਾਂ ਦੁਆਰ ਤੋਂ ਕਹਿੰਦੇ ਹਾਂ ਮਹਾਰਾਜ ਦੁੱਧ ਦੇ ਦੇ, ਪੁੱਤ ਦੇ ਦੇ, ਦੁੱਖ ਕੱਟ ਦੇ, ਸੰਕਟ ਕੱਟ ਦੇ, ਤੇ ਇਹੀ ਇਹ ਕੁਛ ਮੰਗ ਕੇ ਇੱਥੋਂ ਹੀ ਮੁੜ ਜਾਂਦੇ। ਕਦੇ ਆਪਾਂ ਮੰਗਿਆ ਵੀ ਮਹਾਰਾਜ ਤੇਰੇ ਦਰ ਦੇ ਉੱਤੇ ਸਾਨੂੰ ਥਾਂ ਦੇ ਬੈਠਣ ਜੋਗਾ, ਆਪਣੀ ਮਿਹਰ ਕਰਦੇ, ਅੰਦਰ ਸਾਨੂੰ ਆਪਣੇ ਕੋਲ ਬਿਠਾ ਲੈ, ਇਹ ਕਦੇ ਕਿਸੇ ਨੇ ਮੰਗੀ ਨਹੀਂ ਚੀਜ਼। ਜਿਹੜਾ ਮੰਗ ਲੈਂਦਾ ਉਹਨੂੰ ਦੇ ਦਿੰਦਾ। ਸਾਰੇ ਤਪ, ਸਾਰੀਆਂ ਚੀਜ਼ਾਂ ਜਿਹੜੀਆਂ, ਸਾਰੇ ਗੁਣ ਮਹਾਰਾਜ ਨੇ ਠਾਕੁਰ ਕਰਤਵ ਧਰਿਆ। ਇਹ ਪਰਮ ਪਿਆਲਾ ਖਸਮ ਕਾ ਜਿਸ ਭਾਵੈ ਦਿਸਦੇ, ਪਿਆਰ ਦਾ ਪਿਆਲਾ ਲਈ ਅੰਦਰ ਬੈਠਾ ਵਾਹਿਗੁਰੂ। ਜਿਹਨੇ ਕੁੰਡਾ ਫੜਕਾਇਆ ਤੇ ਪਿਆਰ ਦਾ ਪਿਆਲਾ ਮੰਗਿਆ ਵੀ ਮਹਾਰਾਜ ਮੈਨੂੰ ਦੇ ਦਿਓ, ਮਹਾਰਾਜ ਨੂੰ ਫੜਕੇ ਸਿਰ ਤੋਂ ਫੜਕੇ ਉਹਦੇ ਮੂੰਹ ਨਾਮ ਲੈਲਾ ਪੀਲਾ ਰੱਜ ਕੇ ਦਿਨਾ, ਉਹਨੂੰ ਮੁੜ ਕੇ ਦੁਨੀਆਂ ਦੇ ਵਿੱਚ ਆਉਣਾ ਹੀ ਨਹੀਂ ਪੈਂਦਾ। ਸੋ ਇਹ ਦੁਆਰੇ ਹਨ, ਦੁਆਰਾ ਆਪਾਂ ਦੁਆਰ ਦੇ ਉੱਤੇ ਬੈਠੇ ਹਾਂ, ਅਜੇ ਅੰਦਰ ਘਰ ਦੇ ਵਿੱਚ ਗਏ। ਪਰ ਜਿਹੜਾ ਕਹਿੰਦੇ ਨੇ ਗੁਰਦੁਆਰਾ ਲਾਇਆ ਭਾਵਨੀ ਇੱਕ ਨਾ ਦਸਵਾਂ ਦੁਆਰ ਰੱਖਾਇਆ, ਇਸ ਦੁਆਰੇ ਦੇ ਉੱਤੇ ਜਿਹਨੇ ਭਾਵਨੀ ਲਾਈ, ਭਾਵਨੀ ਕਹਿੰਦੇ ਸ਼ਰਧਾ, ਜਿਹੜੀ ਸ਼ਰਧਾ ਹੈ ਇਹ ਦੁਨੀਆਂ ਵਿੱਚ ਕਿਤੇ ਵੀ ਮੁੱਲ ਨਹੀਂ ਮਿਲਦੀ, ਕਿਸੇ ਸਥਾਨ ਤੋਂ ਮੁੱਲ ਨਹੀਂ ਮਿਲਦੀ, ਇਹ ਇਸ ਸਥਾਨ ਦੇ ਵਿੱਚੋਂ ਪ੍ਰਾਪਤ ਹੋਣੀ, ਗੁਰੂ ਕੇ ਦੁਆਰੇ ਤੋਂ ਲੱਭਣੀ। ਗੁਰਦੁਆਰੇ ਲਾਇਆ ਭਾਵਨੀ, ਭਾਵਨੀ ਤੋਂ ਬਾਅਦ ਪਿਆਰ ਵੀ ਹੈ, ਵਿਸ਼ਵਾਸ ਵੀ ਹੈ, ਸਿੱਖ ਵੀ ਹੈ। ਜਿਹੜਾ ਭਾਵਨਾ ਨਾਲ, ਸ਼ਰਧਾ ਨਾਲ ਆ ਗਿਆ ਇੱਥੇ, ਜੇ ਗੁਰੂ ਨੇ ਦਇਆ ਕੀਤੀ, ਸਿੱਧਕ ਦੇ ਦੇਣਾ ਉਸਨੇ, ਵਿਸ਼ਵਾਸ ਪੈਦਾ ਕਰ ਦੇ ਅੰਦਰ, ਫਿਰ ਉਹ ਦਸਵਾਂ ਦੁਆਰ ਟਿਕਦਾ ਹੈ। ਤੇ ਜੇ ਦਸਵਾਂ ਦੁਆਰ ਟਿਕੋਵੇ, ਉਹਦੇ ਵਰਗਾ ਭਵਨ ਕੋਈ ਨਹੀਂ ਸੰਸਾਰ ਦੇ ਵਿੱਚ, ਜਿਹਨੂੰ ਦਿਖਾ ਦੇਵੇ ਉਹ ਅੰਤ ਨਹੀਂ, ਉਹਨੂੰ ਅੰਤ ਨਹੀਂ ਲੱਭਦਾ ਹੈ, ਇੰਨਾ ਕੁਛ ਉਸ ਦਸਵਾਂ ਦੁਆਰ ਦੇ ਵਿੱਚ ਪਿਆ। ਤਾਂ ਭਾਈ ਸਾਹਿਬ ਪਹਿਲੀ ਉਦਾਹਰਨ ਦਿੰਦੇ ਨੇ ਪੰਡਿਤ ਜੀ, ਦਸਵਾਂ ਦੁਆਰ ਦਾ ਅੰਤ ਕੋਈ ਨਹੀਂ ਲੱਗਦਾ। ਕਦੇ ਦਸਵਾਂ ਦੁਆਰ ਦੇਖਿਆ? ਗੱਲਾਂ ਨਾਲ, ਗਿਆਨ ਨਾਲ ਨਹੀਂ ਦਸਵਾਂ ਦੁਆਰ ਆਉਂਦਾ, ਗਿਆਨ ਨਾਲ ਜਲਦੀ ਹੁੰਦੀ ਹੈ, ਕਥਨਾ ਕਰੜਾ ਸਾਰ। ਸੋ ਕਹਿਣਾ ਵੀ ਸਾਰ ਵਰਗਾ, ਲੋਹੇ ਜਿਹੜਾ ਲੋਹਾ ਹੁੰਦਾ, ਲੋਹੇ ਨੂੰ ਢਾਲ ਕੇ ਹਜ਼ਾਰਾਂ ਵਾਰ ਲੋਹੇ ਨੂੰ, ਉਹਦੇ ਵਿੱਚੋਂ ਜਿਹੜਾ ਲੋਹਾ ਨਿਕਲਦਾ ਉਹ ਸਾਰ ਕਹਿੰਦੇ ਨੇ। ਸੋ ਗਿਆਨ ਹੈ ਜਿਹੜਾ, ਇਹ ਸਾਰ ਵਰਗਾ ਕਹਿਣਾ ਸੌਖਾ ਹੈ। ਸੋ ਪੰਡਿਤ ਚੁੱਪ ਕਰਦੇ। ਸੋ ਦੂਜੀ ਗੱਲ ਕਹਿੰਦੇ ਨੇ ਕਿ ਜਿਹੜਾ ਨਾਦ ਹੈ, ਅਰਹਦ ਨਾਦ ਜਿਹੜਾ ਹੈ, ਉਹਦੇ ਬਰਾਬਰ ਕਿਹੜਾ ਵਾਜਾ ਹੈ, ਕਿਹੜਾ ਨਾਦ ਹੈ? ਜਿੰਨੇ ਦੁਨੀਆਂ ਦੇ ਨਾਦ ਨੇ ਨਾ, ਸੰਗੀਤ ਹੈ ਜਿਹੜਾ, ਇਹ ਵਜਾਏ ਤੇ ਵੱਜਦਾ। ਪਰ ਜਿਹੜਾ ਅਨਹਦ ਨਾਦ ਹੈ ਉਹ ਅੰਦਰ ਹੈ, ਉਹ ਬਿਨਾਂ ਵਜਾਇਆ ਵੱਜਦਾ। ਇਸ ਬ੍ਰਹਿਮੰਡ ਦੇ ਵਿੱਚ ਵੀ ਉਹ ਨਾਦ ਵੱਜਦਾ, ਅੰਦਰ ਵੀ ਨਾਦ ਨਾਦ ਵੱਜਦਾ। ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜਿਆ ਸੋ ਪਾਵੈ। ਜੋ ਸੱਤਿਆ ਬਾਹਰ ਕੰਮ ਕਰ ਰਹੀ ਹੈ,
ਉਹੀ ਸੱਤ ਹੈ ਜਿਹੜਾ ਸਰੀਰ ਦੇ ਅੰਦਰ ਕੰਮ ਕਰ ਰਿਹਾ। ਜਿਹਨੇ ਅੰਦਰੋਂ ਲੱਭ ਲਿਆ ਉਹਨੂੰ ਬਾਹਰ ਵੀ ਦਿਸਦਾ, ਜਿਹਨੇ ਬਾਹਰੋਂ ਲੱਭ ਲਿਆ ਉਹਨੂੰ ਅੰਦਰ ਵੀ ਦਿਸਦਾ। ਮਹਾਰਾਜ ਕਹਿੰਦੇ ਨੇ ਨਾਨਕ ਸੱਚ ਦਾ ਤਾਰ ਸ਼ਨਾਖਤ ਕੁਦਰਤ, ਸੱਚਾ ਦਾ ਤਾਰ ਕੁਦਰਤ ਦੇ ਵਿੱਚ ਵਸਿਆ ਹੋਇਆ। ਜਿਹਨੇ ਕੁਦਰਤ ਦੇ ਵਿੱਚੋਂ ਵਾਹਿਗੁਰੂ ਲੱਭ ਲਿਆ ਉਹਨੂੰ ਅੰਦਰ ਵੀ ਲੱਭ ਜਾਏ, ਜਿਹਨੇ ਅੰਦਰ ਲੱਭ ਲਿਆ ਉਹ ਕੁਦਰਤ ਦੇ ਵਿੱਚ ਵੀ ਦਿਸੇਗਾ। ਸੋ ਜਿਹੜਾ ਨਾਦ ਹੈ ਇਹ ਅੰਦਰ ਵੀ ਹੈ ਤੇ ਬਾਹਰ ਵੀ ਹੈ, ਇਹਦੇ ਬਰਾਬਰ ਕੌਣ ਹੈ ਨਾਦ? ਸੋ ਜਿਹਨੂੰ ਗੁਰੂ ਸੁਣਾਵੇ, ਸ੍ਰੀ ਗੁਰੂ ਸੁਣਾਵੇ ਜਾਹੇ ਤਾਹੇ ਦਿਲ ਲਾਵੇ, ਅਰਹਦ ਨਾਦ ਕੇ ਸਮਾਨ ਨਾਦ ਬਾਦ ਕੌਣ, ਸ੍ਰੀ ਗੁਰੂ ਸੁਣਾਵੇ ਜਾਹੇ ਤਾਹੇ ਦਿਲ ਲਾਵੇ। ਜਿਹਨੂੰ ਗੁਰੂ ਸੁਣਾਵੇ ਉਹਨੇ ਨਾਦ ਸੁਣਦਾ ਹੈ, ਜਿਹਦੇ ਉੱਤੇ ਕਿਰਪਾ ਹੋਵੇ। ਇੱਕ ਕੰਨ ਬੰਦ ਕਰਨ ਵਾਲਾ ਧੂਮ ਧੂਮ ਸੁਣਦੀ ਹੈ, ਉਹ ਨਾਦ ਨਹੀਂ ਹੈ ਇਹ, ਇਹ ਨਾਦ ਹੈ ਜਿਹੜਾ ਜੇ ਗੁਰੂ ਕਿਰਪਾ ਕਰਦਾ ਜਿਹਦੇ ਹਿਰਦੇ ਅੰਦਰ ਵਸਿਆ। ਤੀਜੀ ਉਦਾਹਰਣ ਭਾਈ ਜੀ ਨੇ ਦਿੱਤੀ, ਇਹ ਜਿਹੜੀ ਜੋਤ ਹੈ ਆਤਮਾ ਦੀ ਜੋਤ ਹੈ ਜੀ, ਉਹ ਜੋਤ ਦੇ ਬਰਾਬਰ ਕਿਹੜੀ ਜੋਤ ਹੈ ਦੁਨੀਆਂ ਦੇ ਵਿੱਚ? ਆਤਮਕ ਜਿੰਨੀ ਅਗਨੀ ਹੈ ਦੁਨੀਆਂ ਦੇ ਵਿੱਚ, ਸੂਰਜ ਵੀ ਘੱਟ ਰਿਹਾ, ਚੰਦਰਮਾ ਦੀ ਵੀ ਅਗਨੀ ਘੱਟ ਰਹੀ ਹੈ। ਜਿੰਨੀ ਅੱਗ ਹੈ ਸਾਰੀ ਸੂਰਜ ਤੋਂ ਪ੍ਰਾਪਤ ਹੁੰਦੀ, ਚੰਦਰਮਾ ਦੀ ਅਗਨੀ ਸੂਰਜ ਤੋਂ ਲੈਂਦਾ, ਬਿਜਲੀ ਜਿਹੜੀ ਹੈ ਪਰਮਾਣੂ ਸ਼ਕਤੀ ਹੈ ਸਾਰੀ ਦੀ ਸਾਰੀ ਦਾ ਸੋਰਸ ਹੈ ਜਿਹੜਾ ਸੂਰਜ ਹੈ। ਔਰ ਜਦੋਂ ਸੂਰਜ ਬੁੱਝਿਆ ਹੋਇਆ, ਜਦੋਂ ਸੂਰਜ ਵੀ ਨਹੀਂ ਸੀ, ਫਿਰ ਅੱਗ ਕਿੱਥੇ ਹੈ? ਫਿਰ ਉਹ ਅਗਨੀ ਹੈ ਜਿਹੜੀ ਆਤਮਾ ਦੀ, ਉਹ ਆਤਮਾ ਦੀ ਜੋਤ, ਉਹ ਆਤਮਾ ਕਿੱਥੇ ਵਸਦੀ ਹੈ? ਅਤੇ ਭਾਈ ਸਾਹਿਬ ਦਇਆ ਕਰਦੇ ਨੇ, ਪੰਡਤਾਂ ਨੂੰ ਸਮਝਾਉਂਦੇ ਨੇ ਕਿ ਦਇਆ ਕੈ ਦਿਖਾਵੇ ਜਿਸੈ ਤਾਂ ਹੀ ਮਨ ਆਵੇ। ਜਿਹਦੇ ਉੱਤੇ ਦਇਆ ਕਰਦਾ ਹੈ, ਜਿਹਦੇ ਉੱਤੇ ਮਿਹਰ ਕਰਦਾ ਹੈ, ਉਹਨੂੰ ਉਹ ਅੰਦਰ ਦੀ ਜੋਤ ਦੇ ਦਰਸ਼ਨ ਕਰਾ ਦਿੰਦਾ ਹੈ। ਇਹ ਜੋਤ ਦੇ ਦਰਸ਼ਨ ਨਹੀਂ ਕਿਸੇ ਨੂੰ ਹੁੰਦੇ ਆਤਮਾ ਦੇ, ਪਰ ਜਿਹਦੇ ਉੱਤੇ ਦਇਆ ਕਰੇ। ਫਿਰ ਚੌਥੀ ਉਦਾਹਰਣ ਦਿੰਦੇ ਹਨ ਕਿ ਅਨਹਦ ਨਾਦ ਹੈ ਜਿਹੜਾ, ਅੰਮ੍ਰਿਤ ਰਸ ਹੈ ਜਿਹੜਾ, ਅੰਮ੍ਰਿਤ ਰਸ ਜਿਹੜਾ ਮੌਤ ਤੋਂ ਪਰੇ ਰਹਿ ਜਾਂਦਾ ਹੈ, ਉਹਦੇ ਬਰਾਬਰ ਕਿਹੜਾ ਰਸ ਹੈ ਸੰਸਾਰ? ਪੰਡਿਤ ਜੀ ਦੱਸੋ ਕਿਹੜਾ ਰਸ ਹੈ ਉਹਦੇ ਬਰਾਬਰ? ਆਪਿਓ ਕੈ ਆਪਿਓ ਜੇ ਬੁਲਾਵਾ ਜਾਵੇ ਸੋਈ ਤਾਹੇ ਸੁਣਾਵੇ, ਜਿਹਦੇ ਉੱਤੇ ਕਿਰਪਾ ਕਰਦਾ ਹੈ ਅੰਮ੍ਰਿਤ ਰਸ ਉਹਨੂੰ ਪਲਾ ਦਿੰਦਾ, ਉਹ ਅੰਮ੍ਰਿਤ ਦੇ ਵਿੱਚ ਹੀ ਸਮਾ ਜਾਂਦਾ। ਸੋ ਪੰਡਿਤ ਸੁਣ ਕੇ ਹੈਰਾਨ ਹੋ ਗਏ ਵੀ ਗੱਲਾਂ ਦ੍ਰਿਸ਼ਮਾਨ ਦੇ ਵਿੱਚ ਤਾਂ ਨਜ਼ਰ ਨਹੀਂ ਆਉਂਦੀਆਂ, ਨਾ ਤਾਂ ਅੰਮ੍ਰਿਤ ਰਸ ਲੱਭਦਾ। ਆਪਾਂ ਅੰਮ੍ਰਿਤ ਰਸ ਸੰਸਾਰ ਦੇ ਵਿੱਚ ਲੱਭਦੇ ਹਾਂ, ਅੰਮ੍ਰਿਤ ਰਸ ਕਿੱਥੇ ਹੋਵੇਗਾ? ਇਹ ਕੋਈ ਬਾਹਰ ਦੀ ਚੀਜ਼ ਨਹੀਂ, ਇਹ ਅੰਦਰ ਦਾ ਰਸ ਹੈ। ਜਿਹੜੀ ਜੋਤ ਹੈ ਇਹ ਆਤਮਕ ਜੋਤ ਹੈ, ਜਿਵੇਂ ਔਰ ਜਮਾਨ ਕੇ ਲਿਖਿਆ ਸਮਸਤ ਜੋਤ ਹੈ, ਨਾ ਘਾਟ ਹੈ ਨਾ ਬਾਧ ਹੈ, ਨਾ ਘਾਟ ਬਾਧ ਹੋਤ ਹੈ। ਜਿਵੇਂ ਧਰਤੀ ਔਰ ਅਸਮਾਨ ਦੇ ਵਿੱਚ ਜਿਹੜੀ ਜੋਤ ਹੈ ਦਿਸਦੀ ਹੈ ਨਹੀਂ ਪਰ ਹੈ, ਸਰੀਰ ਦੇ ਅੰਦਰ ਜੋਤ ਜਗਦੀ ਹੈ, ਦਿਸਦੀ ਹੈ ਨਹੀਂ ਪਰ ਹੈ ਸਰੀਰ ਦੇ ਅੰਦਰ, ਇਹ ਕਿੱਥੇ ਹੈ? ਇਹਨਾਂ ਅੱਖਾਂ ਨਾਲ ਦਿਸਦੀ ਨਹੀਂ, ਅਨਹਦ ਨਾਦ ਅੱਖਾਂ ਨਾਲ ਦਿਸਦਾ ਨਹੀਂ, ਤਸਮ ਦੁਆਰ ਅੱਖਾਂ ਨਾਲ ਦਿਸਦਾ ਨਹੀਂ। ਸੋ ਪੜ੍ਹ ਸੁਣ ਕੇ ਹੈਰਾਨ ਰਹਿ ਗਏ ਵੀ ਇੱਥੇ ਤਾਂ ਦਿਸਦੀਆਂ ਨਹੀਂ। ਕਹਿੰਦੇ ਇਵੇਂ ਸਾਡਾ ਗੁਰੂ ਹੈ ਜਿਹੜਾ ਗੁਰੂ ਸਰੀਰ ਨਹੀਂ, ਜਿਹੜਾ ਸਰੀਰ ਹੈ ਨਾ, ਸਰੀਰ ਕਰਕੇ ਜੇ ਅਸੀਂ ਕਹਿੰਦੇ ਇਹ ਸਰੀਰ ਗੁਰੂ ਹੈ, ਗੁਰੂ ਮਹਾਰਾਜ ਨੇ ਆਪਣੇ ਆਪ ਨੂੰ ਗੁਰੂ ਮੰਨਿਆ ਹੀ ਨਹੀਂ। ਗੁਰਬਾਣੀ ਦੇ ਵਿੱਚ ਆਪਾਂ ਪੜ੍ਹ ਕੇ ਦੇਖੀਏ, ਸਤਿਗੁਰੂ ਜੀ ਕਹਿੰਦੇ ਨੇ ਸ਼ਬਦ ਗੁਰ ਪੀਰਾ ਗਹਿ ਗੰਭੀਰਾ ਬਿਨ ਸ਼ਬਦ ਹੈ ਜਗ ਗੌਰਾਂ, ਸ਼ਬਦ ਹੀ ਗੁਰੂ ਹੈ, ਸ਼ਬਦ ਹੀ ਗੁਰੂ ਹੈ ਤੇ ਸਰੀਰ ਗੁਰੂ ਮਹਾਰਾਜ ਨੇ ਮੰਨਿਆ, ਸਰੀਰ ਨੂੰ ਗੁਰੂ ਨਹੀਂ ਮੰਨਿਆ। ਜਿਹੜਾ ਸ਼ਬਦ ਹੈ ਆਦਮ ਤੇ ਕੈ ਉਤਾਰਾ ਸੋਈ ਗੁਰੂ ਸਮਝਿਓ ਕੁਮਾਰ, ਜਿਹੜਾ ਆਦ ਤੋਂ ਲੈ ਕੇ ਅੰਤ ਤੱਕ ਸੰਸਾਰ ਦੇ ਵਿੱਚ ਰਹਿਣ ਵਾਲਾ ਉਹ ਸਾਡਾ ਗੁਰੂ ਹੈ। ਸੋ ਸ਼ਬਦ ਸਰੀਰ ਗੁਰੂ ਨਹੀਂ, ਸਰੀਰ ਗੁਰੂ ਨਾਨਕ ਸਾਹਿਬ ਨੇ ਵੀ ਆਪਣੇ ਗੁਰੂ ਨਹੀਂ ਮੰਨਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਜਿੰਨੇ ਸਿੱਖੋ ਨੇ ਭਾਈ ਮਰਦਾਨਾ ਜੀ ਸਦਾ ਨੇੜੇ ਰਹੇ, ਗੁਰੂ ਅੰਗਦ ਸਾਹਿਬ ਜੀ ਜਿੱਥੇ ਜਿੱਥੇ ਵੀ ਮਹਾਰਾਜ ਗਏ ਨੇ ਨਾ, ਉੱਥੇ ਸਾਰੀ ਸੰਗਤ ਰੋ ਰੋ ਕੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦੇ ਵੀ ਮਹਾਰਾਜ ਇੱਥੋਂ ਜਾਓ ਨਾ, ਜੋ ਕੁਛ ਕਹੋ। ਜੇ ਰਾਜੇ ਦੇ ਕੋਲ ਗਏ ਨੇ ਸ਼ਿਵਰਾਵ ਦੇ ਕੋਲ, ਉਹ ਦੋਵੇਂ ਹੱਥ ਜੋੜ ਕੇ ਚਰਨਾਂ ਦੇ ਵਿੱਚ, ਮਹਾਰਾਜ ਕਹਿੰਦੇ ਮੈਂ ਰਾਜ ਤਿਆਗ ਗਿਆ, ਰਾਜ ਤੁਸੀਂ ਸਾਂਭੋ ਪਰ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ। ਐਸੇ ਦਰਸ਼ਨ ਸਨ ਮਹਾਰਾਜ ਦੇ, ਇਹੋ ਜਿਹੇ ਦਰਸ਼ਨਾਂ ਦੇ ਮਾਲਕ ਸਨ ਸਤਿਗੁਰੂ ਜੀ। ਸੋ ਬਾਬਾ ਅਗੋਂ ਅਗਾਧ ਪੁਰਖ ਕਿਹੜਾ ਝੱਲਾ, ਗੁਰੂ ਦੀ ਝੱਲਾ, ਮਹਾਰਾਜ ਦਾ ਝਾਲ ਝਾਲ ਕਹਿੰਦੇ ਆਪਾਂ ਨੂੰ, ਐਸੇ ਦਰਸ਼ਨ ਸਨ ਕਿ ਉਹਨਾਂ ਦੀ ਝਾਲ ਕੋਈ ਝੱਲ ਨਹੀਂ ਸੀ ਸਕਦਾ। ਉਹਨਾਂ ਦੇ ਹਿਰਦੇ ਅੰਦਰ ਸ਼ਬਦ ਵਸਿਆ ਹੋਇਆ ਸੀ, ਸਰੀਰ ਸੀ ਜਿਹੋ ਜਿਹਾ ਮਰਜ਼ੀ ਧਾਰਨ ਕਰ ਲੈਂਦੇ,
तो जी शरीर की ताकत है ना जिन्होंने अंदर जोत वसी हुई है जिन्हें अंदर जागया हुआ वाहेगुरु वसया हुआ है जिन्होंने पछाण लिया वाहेगुरू शरीर का जिहड़ा रूप मर्जी बना रहा शरीर जिन्हें जिन्हें चाहन ना उन्हें शरीर बना सकता जिसे अंदर वाहेगुरू वसया हुआ ना जिन्हें पछाण लिया इन्नी ताकत आ जाती है कि अग पानी हवा आकाश ये सारे तत्तों का शरीर बनाया सारे तत्तों में जोड़ना इन्हों खा देना शब्द है जेड़ा शब्द उन्होंने हिरदे अंदर वसया होया सी शरीर नूं उन्होंने गुरु मनिया नहीं हुण भी अपना गुरु शब्द है शब्द जिहड़ी जोत जुगत सतगुरु का शब्द जोत जुगत के शब्द यह तीन रूप गुरु ग्रंथ साहब जी के हैं जोत है जोत की जुगत है तो शब्द है सिद्धा ने यह गल समझा दी सिद्धा भी समझाई पंडतों भी समझाई जिन्हें पंडित सन जनेऊ ला ला के वह भाई गुरदास जी के चरणों में रखा जी सानू गुरु नानक महाराज के सिख बना सत सौ सिख बना के सने राजे दे भाई गुरदास साहब जी गुरु हरगोबिंद महाराज के कोल अमृतसर लै गए जिहड़े कहिंदे पंडित सन जिहड़े वह गुरु नानक महाराज के सिख बन के गुरु हरगोबिंद महाराज की शरण दे विच एडा वड्डा दान है जिहड़ा भाई गुरदास साहिब जी ने इन कविता दे विच लिख के दान किया उन्हां पंडतां नूं ते आपां नूं उपदेश दिता है कि जिहड़ा गुरु की शरण आ जाए गुरु भगति है जिहड़ी एडी वड्डी एडी उच्ची ते सुची है जिहड़ा उन्हां दी बाणी पढ़दा है सारसंग उन्हां नूं गुरु की बाणी पढ़न दे नाल गुरु की भगति प्राप्त होंदी है जे दुनिया दे विच किसे कहना होवे गुरु भगति किहड़ी हुंदी है गुरु का प्यार किहो जिहा हुंदा ਤਾਂ ਭਾਈ ਗੁਰਦਾਸ ਸਾਹਿਬ ਜੀ ਦੀਆਂ 40 ਵਾਰਾਂ ਅਤੇ ਤਕਰੀਬਨ 550-600 ਕਵਿਤਾ ਰਸਵਈਏ ਰਚੇ ਹੋਏ ਨੇ ਜਿਹੜੇ ਗੁਰਮੁਖ ਨੇ ਉਹ ਪੜ੍ਹ ਲਏ ਉਹ ਨਮਸਕਾਰ ਪਹਿਲਾਂ ਭਾਈ ਗੁਰਦਾਸ ਸਾਹਿਬ ਜੀ ਨੂੰ ਕਰੇਗਾ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਸਿਰ ਧਰ ਕੇ ਉਹਦੀ ਆਤਮਾ ਪੁਕਾਰੇਗੀ ਕਿ ਜੇ ਸੱਚੇ ਪਾਤਸ਼ਾਹ ਇਹੋ ਜਿਹਾ ਪਿਆਰ ਮਿਲੂਗੀ ਨਾਨਕ ਏਡੀ ਉੱਚੀ ਉਹਨਾਂ ਦੀ ਬਾਣੀ ਰਚੀ ਹੋਈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਇਸੇ ਕਰਕੇ ਵਚਨ ਕੀਤੇ ਸੀ ਪਹਿਲਾਂ ਕਿਹਾ ਸੀ ਵੀ ਲਿਆ ਭਾਈ ਜੀ ਤੇਰੀ ਬਾਣੀ ਵੀ ਚੜ੍ਹਾ ਦਈਏ ਮਹਾਰਾਜ ਦੇ ਸਰੂਪ ਦੇ ਵਿੱਚ ਇੰਨੀ ਨਿਮਰਤਾ ਉਹਨਾਂ ਦੇ ਵਿੱਚ ਸੀ ਦੋਵੇਂ ਹੱਥ ਜੋੜ ਕੇ ਬਹਿ ਗਏ ਸਤਿਗੁਰੂ ਜੀ ਮੈਂ ਤੇਰੇ ਬਰਾਬਰ ਬੈਠਣ ਦਾ ਯੋਗ ਨਹੀਂ ਜੇ ਮੈਨੂੰ ਚਰਨਾਂ ਦੇ ਵਿੱਚ ਥਾਂ ਦੇ ਹੁੰਦੇ ਨਾ ਦੇ ਦਿਓ ਨਾ ਆਪਣੇ ਚਰਨਾਂ ਦੀ ਧੂਣੀ ਦੇ ਮੱਥੇ 'ਤੇ ਲਾਉਣ ਲਈ ਬਖਸ਼ ਦਿਓ ਮੈਨੂੰ ਇਹੀ ਲਓ ਮੈਨੂੰ ਆਪ ਦੀ ਸਿੱਖੀ ਵਧੇਰੀ ਅਤੇ ਗੁਰੂ ਅਰਜਨ ਸਾਹਿਬ ਇੰਨੇ ਪ੍ਰਸੰਨ ਹੋਏ ਅੱਛਾ ਭਾਈ ਭਾਈ ਜੀ ਜੇ ਤੇਰੇ ਅੰਦਰ ਇੰਨੀ ਨਿਮਰਤਾ ਹੈ ਤਾਂ ਅੱਜ ਤੋਂ ਜਿਹੜਾ ਵੀ ਗੁਰਸਿੱਖ ਤੇਰੀ ਬਾਣੀ ਪੜ੍ਹੇਗਾ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਭੇਜ ਲਾ ਜਾਵੇ ਉਹਨੂੰ ਸਿੱਖੀ ਪ੍ਰਾਪਤ ਹੋ ਗੁਰਬਾਣੀ ਦੀ ਪੂੰਜੀ ਦਾ ਦਾਨ ਪ੍ਰਾਪਤ ਹੋ ਸਾਧਕ ਐਸਾ ਉਹਨਾਂ ਦੀ ਬਾਣੀ ਦੇ ਅੰਦਰ ਬਲ ਹੈ ਐਸਾ ਉਹਨਾਂ ਦੀ ਬਾਣੀ ਦਾ ਭੇਦ ਹੈ ਪ੍ਰਭਾਵ ਹੈ ਸੋ ਇਹ ਦਾਨ ਸਤਿਗੁਰੂ ਜੀ ਦੀ ਬਾਣੀ ਨੂੰ ਦਾਨ ਕੀਤਾ ਆਪਾਂ ਪਿਆਰ ਨਾਲ ਸਰਵਣ ਕੀਤਾ ਹੈ ਗੁਰੂ ਦੇ ਚਰਨਾਂ 'ਚ ਅਰਦਾਸ ਕਰਿਆ ਕਰੀਏ ਭਾਈ ਸਾਹਿਬ ਜੀ ਦੀ ਬਾਣੀ ਪੜ੍ਹਨ ਨੂੰ ਮਿਲੇ ਸਤਸੰਗਤ ਦੇ ਵਿੱਚ ਸਤਿਗੁਰੂ ਦੀ ਸਤਸੰਗਤ ਦੇ ਵਿੱਚ ਸਾਨੂੰ ਬੈਠਣ ਦਾ ਅਵਸਰ ਪ੍ਰਾਪਤ ਹੋਵੇ ਜਿੱਥੋਂ ਬੈਠ ਕੇ ਅਸੀਂ ਇਹ ਦਾਨ ਪ੍ਰਾਪਤ ਕਰੀਏ ਕਿ ਗੁਰੂ ਮਹਾਰਾਜ ਹੇਰਾ ਕਰਨ ਪੜ੍ਹਿਆ ਸੁਣਿਆ ਲਿਖੇ ਵਿੱਚ ਸਤਿਗੁਰੂ ਕੌਣ ਇਸ ਉਪਦੇਸ਼ ਨੂੰ ਕਮਾਉਣ ਲਈ ਬਹੁਤ ਬਖਸ਼ਣ ਹੋਈਆਂ ਭੁੱਲਾਂ ਕਰਦੀਆਂ ਸੇਵਾ ਬਖਸ਼ਣੀ ਆਓ ਫਤਿਹ ਲਾ ਕੇ ਆਸਰਾ ਮੰਗੀਏ ਗੁਰੂਦੇਵ ਦੇ ਚਰਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ।